ਸੋ ਸਾਧ ਸੰਗਤ ਜੀ ਸਮੇਂ ਦੇ ਜ਼ਾਲਮ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸਮੇਂ ਦੀਆਂ ਜ਼ਾਲਮ ਹਕੂਮਤਾਂ ਗੁਰੂ ਘਰ 'ਤੇ ਹਮਲੇ ਕਰਦੀਆਂ ਹੀ ਆਈਆਂ, ਕਿਸੇ ਨੇ ਕੋਈ ਕਸਰ ਨਹੀਂ ਗੁਜ਼ਾਰੀ। ਔਰ ਜੂਨ 1984 ਵਿੱਚ ਵੀ ਜੋ ਧਰਮ ਯੁੱਧ ਮੋਰਚਾ ਲੱਗਾ ਉਹ ਕਿਸ ਵਾਸਤੇ ਲਾਇਆ ਗਿਆ? ਉਹ ਇਕੱਲਾ ਪੰਜਾਬ ਜਾਂ ਪੰਜਾਬੀਆਂ ਲਈ ਜਾਂ ਸਿੱਖਾਂ ਨਾਲ ਸਿੱਖਾਂ ਵਾਸਤੇ ਨਹੀਂ ਸੀ, ਬਲਕਿ ਅਨੰਦਪੁਰ ਸਾਹਿਬ ਦੇ ਮਤੇ ਵਿੱਚ ਇੱਕ ਇਹ ਮੱਦ ਸੀ ਕਿ ਹਿੰਦੁਸਤਾਨ ਵਿੱਚ ਜਿੰਨੇ ਵੀ ਸੂਬੇ ਹੈ ਸਾਰਿਆਂ ਨੂੰ ਵੱਧ ਅਧਿਕਾਰ ਦਿੱਤੇ ਜਾਣ। ਜਿਹੜੇ ਕੇਂਦਰ ਦੀ ਸਰਕਾਰ ਨੇ ਵੱਧ ਅਧਿਕਾਰਾਂ 'ਤੇ ਕਬਜ਼ਾ ਕਰਕੇ ਆਪਣੇ ਕੋਲ ਹੱਕ ਰੱਖੇ ਹੋਏ ਸਨ ਕਿ ਪਾਣੀਆਂ ਦੀ ਵੰਡ, ਇਸੇ ਹੀ ਤਰ੍ਹਾਂ ਸਟੇਟ ਨੂੰ ਆਪਣੀ ਮਰਜ਼ੀ ਨਾਲ ਆਪਣੀ ਸਟੇਟ ਦੇ ਹਿੱਤ ਵਿੱਚ ਕੋਈ ਫੈਸਲਾ ਲੈਣ ਦਾ ਅਧਿਕਾਰ ਨਹੀਂ ਸੀ, ਜਾਂ ਲੋਕਾਂ ਨੂੰ ਜਾਂ ਸਟੇਟ ਨੂੰ ਕੋਈ ਵੀ ਕਾਇਦੇ ਕਾਨੂੰਨ ਆਪਣੀ ਸਟੇਟ ਦੇ ਹਿੱਤ ਵਿੱਚ ਲਾਗੂ ਕਰਨ ਦਾ ਕੋਈ ਵੀ ਹੁਕਮ ਨਹੀਂ ਸੀ ਸੈਂਟਰ ਦੀ ਮਰਜ਼ੀ ਤੋਂ ਬਿਨਾਂ। ਔਰ ਜਿਹੜੇ ਪੰਜਾਬ ਦੇ ਵੱਖ ਵੱਖ ਇਲਾਕੇ ਸੈਂਟਰ ਨੇ ਪੰਜਾਬ ਨਾਲੋਂ ਤੋੜ ਕੇ ਉਹਨਾਂ ਨੂੰ ਦੂਸਰਿਆਂ ਸੂਬਿਆਂ ਵਿੱਚ ਜਾ ਕੇ ਜਡਬ ਕਰ ਦਿੱਤਾ, ਪੰਜਾਬੀ ਬੋਲਦੇ ਇਲਾਕੇ ਉਹ ਵਾਪਸ ਪੰਜਾਬ ਨੂੰ ਦਿੱਤੇ ਜਾਣ। ਪੰਜਾਬ ਦੇ ਪਾਣੀਆਂ ਦੀ ਜੋ ਦੁਰਵਰਤੋਂ ਕੀਤੀ ਗਈ ਹੈ ਬਿਨਾਂ ਲਗਾਨ ਤੋਂ, ਵਾਧੂ ਪਾਣੀ ਜਿਹੜਾ ਜਿੰਨਾ ਵੀ ਸੀ ਪੰਜਾਬ ਦੀ ਲੋੜ, ਜਿਸ ਪਾਣੀ ਉੱਤੇ ਪੰਜਾਬ ਦਾ ਹੱਕ ਬਣਦਾ ਸੀ, ਉਹ ਪਾਣੀ ਦੇ ਉੱਤੇ ਵੀ ਛਾਪਾ ਮਾਰ ਕੇ ਪਾਣੀ ਦਾ ਜ਼ਿਆਦਾ ਹਿੱਸਾ ਦੂਜੇ ਸੂਬਿਆਂ ਨੂੰ ਦਿੱਤਾ ਗਿਆ। ਪੰਜਾਬ ਨੂੰ ਮਾਰੂਥਲ ਬਣਾਉਣ ਦੀ ਇੱਕ ਸਾਜਿਸ਼ ਬਣਾਈ ਗਈ। ਬਹੁਤ ਵੱਡੇ ਜਬਰ ਔਰ ਅਨਿਆਂ ਹੋਏ ਇਸ ਧਰਤੀ ਦੇ ਉੱਤੇ। ਉਦੋਂ ਵੀ ਇਹ ਮੰਗ ਉਠਾਈ ਸੀ ਕਿ ਅਸੀਂ ਇਕੱਲੇ ਪੰਜਾਬ ਲਈ ਜਾਂ ਸਿੱਖਾਂ ਲਈ ਨਹੀਂ ਹੱਕ ਮੰਗਦੇ, ਅਸੀਂ ਹਿੰਦੁਸਤਾਨ ਦੇ ਸਾਰੇ ਸੂਬਿਆਂ ਲਈ ਵੱਧ ਅਧਿਕਾਰਾਂ ਦੀ ਮੰਗ ਰੱਖੀ ਹੈ। ਸੋ ਐਸੇ ਜੋ ਸਰਬ ਸਾਂਝੀ ਵਾਲਤਾ ਦੇ ਹੱਕ ਵਿੱਚ ਫੈਸਲੇ ਸਨ ਉਹਨਾਂ ਨੂੰ ਲਾਗੂ ਕਰਾਉਣ ਵਾਸਤੇ ਧਰਮ ਯੁੱਧ ਮੋਰਚਾ ਆਰੰਭਿਆ। ਔਰ ਇਹ ਧਰਮ ਯੁੱਧ ਮੋਰਚੇ ਦੀ ਸਭ ਤੋਂ ਪਹਿਲਾਂ ਆਰੰਭਤਾ ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਨੇ ਆਪ ਕੀਤੀ, ਜਦੋਂ 51 ਸਿੰਘਾਂ ਦੇ ਜਥੇ ਇਸ ਜਬਰ ਦੇ ਖਿਲਾਫ ਜੇਲ੍ਹਾਂ ਵਿੱਚ ਭੇਜੇ। ਉਹ ਮੋਰਚਾ ਇਹਨਾਂ ਕਾਰਨਾਂ ਕਰਕੇ ਲੱਗਾ ਸੀ ਜੋ ਸਾਡੇ ਨਾਲ ਬੇਇਨਸਾਫੀਆਂ ਹੋ ਰਹੀਆਂ ਸਨ, ਉਹਨਾਂ ਬੇਇਨਸਾਫੀਆਂ ਨੂੰ ਦੂਰ ਕਰਨ ਵਾਸਤੇ ਔਰ ਸਾਰਿਆਂ ਦੇ ਭਲੇ ਲਈ ਆਵਾਜ਼ ਉਠਾਈ ਗਈ, ਸਰਬ ਸਾਂਝੇ ਹੱਕਾਂ ਦੀ ਮੰਗ ਰੱਖੀ ਗਈ। ਪਰ ਕੇਂਦਰ ਨੇ ਉਹਨਾਂ ਮੰਗਾਂ ਨੂੰ ਮੰਨਣ ਦੀ ਥਾਂ 'ਤੇ ਬਲਕਿ ਸਿੱਖਾਂ ਦੀ ਆਵਾਜ਼ ਨੂੰ ਕੁਚਲਣ ਵਾਸਤੇ, ਦਬਾਉਣ ਵਾਸਤੇ ਉਲਟਾ ਸਿੱਖਾਂ ਨੂੰ ਅੱਤਵਾਦੀ ਘੋਸ਼ਿਤ ਕਰਕੇ ਸ੍ਰੀ ਹਰਿਮੰਦਰ ਸਾਹਿਬ 'ਤੇ ਟੈਂਕਾਂ, ਤੋਪਾਂ ਅਤੇ ਹਵਾਈ ਜਹਾਜ਼ਾਂ ਨਾਲ ਭਿਆਨਕ ਹਮਲਾ ਕੀਤਾ, ਜਿਸ ਵਿੱਚ ਅਣਗਿਣਤ ਸੰਗਤਾਂ ਜੋ
ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਗੁਰਪੁਰਬ, ਸ਼ਹੀਦੀ ਗੁਰਪੁਰਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਮਨਾਉਣ ਆਈਆਂ ਸਨ। ਉਹਨਾਂ ਸੰਗਤਾਂ ਦੇ ਬੜਾ ਉਹਨਾਂ ਸੰਗਤਾਂ ਉੱਤੇ ਭਿਆਨਕ ਮਾਰੂ ਹਮਲਾ ਕੀਤਾ ਗਿਆ। ਦੁੱਧ ਚੁੰਗ ਦੇ ਬਾਲਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ। ਛੋਟੇ ਛੋਟੇ ਬੱਚਿਆਂ ਨੂੰ, ਭਚੰਗੀਆਂ ਨੂੰ, ਨੌਜਵਾਨਾਂ ਨੂੰ, ਬਜ਼ੁਰਗਾਂ ਨੂੰ, ਮਾਤਾਵਾਂ ਨੂੰ। ਸੋ ਆਪਾਂ ਉਹਨਾਂ ਸ਼ਹੀਦਾਂ ਦੀ ਯਾਦ ਸੰਗਤ ਜੀ ਤਾਜ਼ਾ ਕਰ ਰਹੇ ਹਾਂ। ਮਹਾਂਪੁਰਖਾਂ ਨੇ ਆਪਣੇ ਗੁਰਧਾਮਾਂ ਦੀ ਰੱਖਿਆ ਵਾਸਤੇ, ਆਪਣੇ ਗੁਰਧਾਮਾਂ ਦੀ ਆਨ ਸ਼ਾਨ ਅਤੇ ਪੰਥ ਦੀ, ਕੌਮ ਦੀ ਆਨ ਸ਼ਾਨ ਦੀ ਖਾਤਰ ਇਹ ਮਹਾਨ ਸ਼ਹੀਦੀਆਂ ਦਿੱਤੀਆਂ। ਉਹਨਾਂ ਸਮੂਹ ਸ਼ਹੀਦਾਂ ਦੀ ਯਾਦ ਨੂੰ ਆਪਾਂ ਤਾਜ਼ਾ ਕਰ ਰਹੇ ਹਾਂ। ਇਹ ਤੀਜਾ ਘੱਲੂਘਾਰ ਹੈ, ਇੱਕ ਐਸਾ ਘੱਲੂਘਾਰ ਆ ਜੋ ਸਾਧ ਸੰਗਤ ਜੀ 21ਵੀਂ ਸਦੀ ਦੇ ਅੰਦਰ ਵਾਪਰਿਆ ਔਰ ਇਸ ਨੇ ਸਮੁੱਚੀ ਕੌਮ ਦੇ ਹਿਰਦੇ ਬਲੁੰਦਰੇ ਹੈ। ਅੱਜ ਵੀ ਜਦੋਂ ਜੂਨ ਦਾ ਪਹਿਲਾ ਹਫ਼ਤਾ, ਸ਼ਹੀਦੀ ਹਫ਼ਤਾ ਪ੍ਰਾਰੰਭ ਹੁੰਦਾ ਹੈ ਤਾਂ ਸਾਧ ਸੰਗਤ ਜੀ ਸਾਰੀ ਕੌਮ ਦੇ ਅੰਦਰ ਉਹ ਸਮਾਂ, ਉਹ ਦੁਖਾਂਤ ਜਦੋਂ ਅੱਖਾਂ ਸਾਹਮਣੇ ਆਉਂਦਾ ਹੈ ਤਾਂ ਸਿੱਖ ਦੀ ਆਤਮਾ ਤੜਪ ਉੱਠਦੀ ਹੈ। ਸੋ ਐਸੇ ਆਪਣੇ ਸ਼ਹੀਦਾਂ ਦੀ ਯਾਦ ਨੂੰ ਆਪਾਂ ਤਾਜ਼ਾ ਕਰ ਰਹੇ ਹਾਂ।